अस्सलाम वालेकुम जी। वालेकुम बाबा जी, की नाम है तुहाडा? मेरा ताजदीन। ताजदीन ते तुहाडे वाल साहब दा की नाम सी? चिरागदीन। चिरागदीन ते उधरों केड़ी जगह तो आए हो तुसी? की नाम सी शहर? पठानकोट शहर। पठानकोट शहर बल्ला खसरबा लबड़ा दा बल्ला बड़े बड़े सी सारा लबड़ा दा बल्ला सी। अच्छा 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 ते उंज पिंड केड़ा केड़ा मोहल्ला सी उत्थे नेड़े? बल्ले लबड़ा दा बल्ला खतरबा बल्ला लागड़ी बल्ला शेखा दा बल्ला ए बल्ले। अच्छा अच्छा ते थोड़ा जिहा दसो सानू बजुर्गो कि 1947 वेले जदों वंड पई है ते किड्डे सो तुसी? मैं जवान सी। माशाल्लाह जवान सो मतलब शादी होई सी कि नहीं हाली? नहीं उंज जवान सो शादी में करावला नहीं सी। अच्छा 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 छोटा भरा दो ही ब्याह गया। हाँ 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 मैं शादी कराऊंगा। अच्छा 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 बजुर्गो यह दसो कि पिंड च बरादरियां किनियां सन? बरादरियां बड़ियां सी। बरादरी सी शेहा दी जलाला दी राजपूता दी सारी बरादरी सी। ते उत्थे हिंदुआं दे किन्ने क घर सन पिंड च? दुकाना सन छोटा पुत्र जगिंदर सिंह जथे बनाई सी कुड़ी है पिंड च होर दसो के मतलब जेड़े तुहाडे हानी जेड़े सन सिखां चो ओ केड़े केड़े सन? सिखां दा हाल ही पता कोई नहीं। वड्डे ही सन? शहर अपना मोहल्ला जेड़ा घर हाली तक याद है? याद है जी। ਸਾਡਾ ਘਰ ਸੀ ਚਾਰ ਸੌ ਚੀਜ਼ ਦੇ ਇੱਕ ਮਕਾਨ ਸੀ ਕਮਰਾ ਦੋ ਕਮਰੇ ਤਿੰਨਾਂ ਤਿੰਨਾਂ ਸ਼ਰੀਰ ਦਾ ਸੀ ਵਿਹੜਾ ਸੀ ਕੋਈ ਡੇਢ ਕੁ ਨਾਲ ਦਾ ਸਾਡੇ ਅੱਗੇ ਇਸ ਤਰ੍ਹਾਂ ਪਹਾੜ ਪਾਸੇ ਖੰਭਾ ਸੀ ਸਾਡੇ ਘਰ ਦੇ ਸਭ ਮੂਹੀ ਦੇ ਸਾਹਮਣੇ ਉਹ ਰਾਤ ਨੂੰ ਜਦੋਂ ਬਿਜਲੀ ਬਲਦੀ ਨਾ ਤੇ ਵਿਹੜਾ ਸਾਡਾ ਇੱਕ ਕੁਲਾਲ ਡੇਢ ਫਿਰ ਰਾਤ ਨੂੰ ਉਹ ਭਾਰੀ ਮਾਰਦੀ ਸਾਫ਼ ਸੁਥ ਸਾਫ਼ ਕਰ ਬੜਾ ਵਧੀਆ ਸ਼ਹਿਰ ਸੀ ਬੜਾ ਵਧੀਆ ਸ਼ਹਿਰ ਸੀ ਉਹ। अच्छा 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 ते तुहाडे घर दे नेड़े जेड़ा है ओ कोई ऐसी यादगिरी को दसो कोई बोर्ड दा दरखत या कोई पिपल दा दरखत या किंज दा मतलब नेड़े त्रेड़े कोई? साडे है सारे दरखत वाले घर घर पिंड दे शहर दे लागे तकिया मेरे शाह दा जसा है ना रोख। आहो आहो इस तकिया मेरे शाह दा लोग कहंदे। अच्छा मेरे शाह ते बाहर सी ओदा भरा छोटे दा शेर शाह ਅੰਦਰ ਮੇਰੇ ਸ਼ਾਹ ਦੀ ਚਕਲਦੀ ਅਤੇ ਬਾਹਰ ਸ਼ੇਰ ਸ਼ਾਹ ਦੀ ਚਕਲਦੀ ਜਿਹੜਾ ਖੂਹ ਸੀ ਨਾ ਉਹਨਾਂ ਬਣਾਇਆ ਕੱਢਿਆ ਸੀ ਦੋਵਾਂ ਭਰਾਵਾਂ ਨੇ ਉਸ ਖੂਹ ਦਾ ਇੰਨਾ ਪਾਣੀ ਠੰਡਾ ਹੁੰਦਾ ਸੀ ਕਿ ਬਰਫ਼ ਪਾਇਆ ਵੀ ਠੰਡਾ ਜੀ ਪਾਣੀ ਜਿੰਨਾ ਉਹਦਾ ਠੰਡਾ ਪਾਣੀ ਸੀ ਉਸ ਤੋਂ ਅੱਗੇ ਸੀ ਵੀ ਧਰਮ ਸਾਰਾ ਹਿੰਦੂਆਂ ਦੀ ਸਹੀ ਸਾਡਾ ਫਿਰ ਟਾਊਨ ਸੀ ਜੀ ਚੰਗਾ ਭਲਾ ਸਾਡੀ ਜ਼ਮੀਨ ਸ਼ਹਿਰ ਦੇ ਨਾਲ ਹੀ ਸੀ। ਅੱਛਾ 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 70 ਜ਼ਮੀਨ ਥੋੜ੍ਹੀ ਨਹੀਂ ਸੀ ਸ਼ਹਿਰ ਦੇ ਵਿੱਚ 70 ਕਿੱਲੇ ਹਾਂ। ਮਾਸ਼ਾਅੱਲਾ
ਇੱਕ ਬਲਵੰਤ ਸਿੰਘ ਸੀ ਲੰਬੜਦਾਰ। ਅੱਛਾ ਅੱਛਾ, ਅਤੇ ਬਲਵੰਤ ਸਿੰਘ ਜਿਹੜਾ ਉਹ ਕਿੱਡਾ ਕੁ ਸੀ ਅੰਦਾਜ਼ੇ ਨਾਲ, ਮਤਲਬ ਉਹ ਜਵਾਨ ਸੀ, ਜਵਾਨ ਸੀ, ਮੇਰੇ ਤਾਏ ਵੀ ਜਵਾਨ ਸੀ। ਅੱਛਾ, ਤੁਹਾਡੇ ਤਾਏ ਦਾ ਯਾਣੀ ਸੀ ਤਕਰੀਬਨ? ਜਿਆ ਜਿਆ। ਅਤੇ ਬਲਵੰਤ ਸਿੰਘ ਦੇ ਬੱਚੇ ਕਿੰਨੇ ਸਨ? ਬਲਵੰਤ ਸਿੰਘ ਦੇ ਬੱਚੇ ਦੋ ਸੀ, ਉਦੋਂ ਸਿੰਘ ਅਤੇ ਖੜਕ ਸਿੰਘ। ਅੱਛਾ 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 ਅੱਛਾ, ਅਤੇ ਉਹ ਵੀ ਤੁਹਾਡੇ ਤੋਂ ਵੱਡੇ ਹੀ ਸਨ ਬੱਚੇ ਵੀ? ਆਹੋ ਬੱਚੇ। ਉਹ ਬੜਾ ਇੱਕ ਸ਼ਹਿਰ ਫਸਟ ਕਲਾਸ ਸੀ ਜੀ, ਕਿਲ੍ਹਾ ਸੀ ਬੜਾ ਵੱਡਾ, ਕਿਲ੍ਹੇ ਦੇ ਪਿਛਲੇ ਪਾਸੇ ਸੀ ਕੱਛਾ ਜਿਹਾ ਬੂਟਰ ਦਾ ਘਰ ਆ, ਬੈਠਾ ਕੋਸ਼ਿਸ਼ ਕਰਦੇ ਆ, ਕਿਹੜੇ ਘਰ ਸੀ? ਅਬਰੀ, ਕੱਬੀ, ਮੁਨਸ਼ੀ, ਬਾਬਲੀ, ਯਾਸਿਰ, ਯਾਦਵੀਰ, ਇਹ ਨਾਂ ਸੀ ਉਹਨਾਂ ਦੇ। ਅੱਛਾ ਅੱਛਾ, ਅਤੇ ਕਿਲ੍ਹਾ ਜਿਹੜਾ ਵਾਹਵਾ ਵੱਡਾ ਸੀ ਉੱਥੇ ਬਈ, ਕਿੰਨੇ ਸੀ ਇਸ ਤਰ੍ਹਾਂ ਦੇ? ਅੱਛਾ, ਨਹੀਂ ਨਹੀਂ ਨਹੀਂ, ਮੈਂ ਕਹਿ ਰਿਹਾ ਕੋਈ ਕਿਲ੍ਹਾ ਮਤਲਬ ਹੈ ਜਿੰਨ ਹੁੰਦਾ ਹੈ ਸਾਡੇ ਇੱਥੇ, ਜਿੰਨ ਸਿਆਲਕੋਟ ਦਾ ਕਿਲ੍ਹਾ ਬੜਾ ਵੱਡਾ ਸੀ, ਇਹ ਤਾਂ ਕਿਲ੍ਹਾ ਹੀ ਕੋਈ ਨਹੀਂ, ਬੜਾ ਵੱਡਾ ਕਿਲ੍ਹਾ ਸੀ। ਅਤੇ ਉਹ ਕਿਹਦਾ ਕਿਲ੍ਹਾ ਸੀ ਕੋਈ ਯਾਦ ਜੇ? ਗੌਰੀ ਬੇਟੇ ਦਾ? ਨਹੀਂ ਨਹੀਂ ਨਹੀਂ, ਜਿੰਨ ਜਿਹਾ ਰਾਜਾ ਸਲ ਦਾ ਹਾਲੇ ਵੀ ਕਲਵਾਉਂਦਾ ਹੈ ਕਿ ਰਾਜਾ ਸਲ ਸਲਵਾਨ ਦਾ ਕਿਲ੍ਹਾ, ਆਹੋ ਉਹ ਕਿਹਦਾ ਕਿਲ੍ਹਾ ਸੀ ਉੱਥੇ ਤੁਹਾਡੇ? ਕਿਸੇ ਦਾ ਬੇਟੇ ਸੀ। ਅੱਛਾ, ਉਹ ਨਾਂ ਨਹੀਂ ਸੀ ਕੋਈ ਮਤਲਬ ਲਿਆ ਜਾਂਦਾ, ਉਹ ਜੀ ਕਿਲ੍ਹਾ ਕਹਿੰਦੇ ਸਨ। ਅਤੇ ਗਏ ਸੋ ਕਦੀ ਕਿਲ੍ਹੇ 'ਤੇ? ਨਾਨਕੀ ਜਿਹਨੂੰ ਕਹਿੰਦੇ? ਅੱਛਾ ਅੱਛਾ ਅੱਛਾ, ਸਹੀ ਸਹੀ। ਤੇ ਬਾਬਾ ਜੀ ਥੋੜਾ ਜਿਹਾ ਹੋਰ ਦੱਸੋ ਕਿ ਹੋਰ ਉੱਥੇ ਕਿਹੜੇ ਕਿਹੜੇ ਹਿੰਦੂਆਂ ਦੇ ਕਿਹੜੇ ਕਿਹੜੇ ਨਾਂ ਸਨ, ਪੁਰਾਣੇ ਬਾਬੇ ਜਿਹੜੇ ਸਨ ਉਹਨਾਂ ਦੇ ਕੋਲ ਨਾਂ ਲਵੋ, ਕੋਈ ਹੱਟੀਆਂ ਕਿੰਨਾ ਦੀਆਂ ਸਨ ਉੱਥੇ, ਦੁਕਾਨਾਂ? ਦੁਕਾਨਾਂ ਰਲੀ ਪਏ ਸਾਰੇ। ਅੱਛਾ, ਅਤੇ ਬਾਜ਼ਾਰ ਕਿੰਨੇ ਕੁ ਸਨ ਉੱਥੇ? ਬਾਜ਼ਾਰ ਵੱਡਾ ਜਿਹੜਾ ਬਾਜ਼ਾਰ ਸੀ ਨਾ, ਉਹ ਪੂਰੇ ਘੁਮਾ ਕੇ ਚੌੜਾ ਸੀ। ਅੱਛਾ, ਐਡਾ ਵੱਡਾ ਬਾਜ਼ਾਰ? ਉੱਥੇ ਕਜਰੇ ਚੁਆਰੇ ਸੀ। ਅੱਛਾ ਅੱਛਾ, ਸ਼ਮਸ਼ਾਦ ਉਦੋਂ, ਸ਼ਮਸ਼ਾਦ, ਕਾਲੀ ਜਾਲ, ਬਿਰਵਾਲ, ਇਹ ਦਾਸ ਉਹਨਾਂ ਕੁਜਰ ਜਾਂਦੇ। ਅੱਛਾ ਅੱਛਾ, ਅਤੇ ਕਿਹੜਾ ਕਿਹੜਾ ਬਾਜ਼ਾਰ ਸੀ ਉੱਥੇ? ਬਾਜ਼ਾਰ ਬੜੇ ਸੀ, ਵੱਡਾ ਬਾਜ਼ਾਰ, ਅਦਲਾ ਬਾਜ਼ਾਰ, ਸ਼ੇਖ ਦਾ ਬਾਜ਼ਾਰ, ਜਲਾਗਰੀ ਬਾਜ਼ਾਰ, ਬਾਜ਼ਾਰ ਬੜੇ ਸੀ। ਅਤੇ ਬਾਜ਼ਾਰਾਂ ਦੇ ਵਿੱਚ ਕਾਹਦੀਆਂ ਕਾਹਦੀਆਂ ਦੁਕਾਨਾਂ, ਸੁਨਿਆਰੇ ਵੀ ਹੈ ਸਨ ਉਦੋਂ? ਆਹੋ ਜੀ, ਸੁਨਿਆਰੇ ਬੜੇ ਜੇ ਸੀ, ਪੂਰਾ ਮਹੱਲਾ ਸਜਾਇਆ ਜਾਂਦਾ ਸੀ। ਇਹ ਕਿਹੜਾ ਬਾਜ਼ਾਰ ਸੀ ਸੁਨਿਆਰਿਆਂ ਦਾ? ਉਹ ਅਦਲਾ ਬਾਜ਼ਾਰ। ਅੱਛਾ ਅੱਛਾ, ਸਹੀ। ਅਤੇ ਉੱਥੇ ਮਹੱਲੇ ਦੇ ਵਿੱਚ ਖੂਹ ਕਿੰਨੇ ਕੁ ਸਨ? ਖੂਹ ਕੋਈ ਨਹੀਂ ਸੀ। ਇਹ ਜਿਹੜੇ ਪਾਣੀ ਵਾਲੇ ਹੁੰਦੇ ਨੇ, ਕੋਈ ਨਹੀਂ ਸੀ? ਅਤੇ ਪਾਣੀ ਕਿੱਥੋਂ ਲੈਂਦੇ ਸੋ? ਲੱਗਿਆ ਤਾਂ ਬੜਾ ਵੱਡਾ ਕੋਈ ਦਲਕਾ ਦਾ ਖੂਹ ਕਰਦੇ ਸੀ, ਉਹ ਬਾਹਰ ਬਾਹਰ ਲੱਗਾ ਸੀ ਸ਼ਹਿਰੋਂ। ਅਤੇ ਸਾਰੇ ਉੱਥੋਂ ਹੀ ਭਰਦੇ ਹਨ, ਮੁਸਲਮਾਨ ਵੀ ਪਾਣੀ ਆਉਂਦੇ ਸੀ ਲਾਲ ਲੱਗੀ ਦੀ? ਅੱਛਾ ਅੱਛਾ ਅੱਛਾ, ਸਹੀ ਸਹੀ। ਉਸ ਤੋਂ ਲਾਲ ਲਾ ਕੇ ਨਾ ਖੂਹ ਤੋਂ ਸ਼ਹਿਰ ਚ ਲਾਲ ਆਈ ਦੇ ਫਿਰੀ ਦੀ। ਵਾਹ 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 ਵਾਹ, ਬੜੀ ਖੂਬਸੂਰਤ ਜਗ੍ਹਾ ਸੀ ਜੀ। ਕਿਆ ਬਾਤ ਹੈ ਜੀ, ਪਠਾਨਕੋਟ ਬੜਾ ਵਧੀਆ ਸ਼ਹਿਰ ਸੀਗਾ। ਕਦੇ ਵੱਧ ਤੋਂ ਵੱਧ ਕਦੇ ਕਾਲੀ ਜਾਲ ਜਿਹੜੀ ਸੀ ਉਹਦੀ ਫੀਸ ਹੀ ਜ਼ਿਆਦਾ ਸੀ, ਉਹਦੀ ਆਵਾਜ਼ ਬੜੀ ਸੀ। ਚੱਲ ਬੱਲੇ ਪਸਾਦੇ ਵਿੱਚ ਉਹਨੂੰ ਜਾਣਾ ਜ਼ਰੂਰ, ਉਹਨੂੰ ਚੇਟਾ ਖਾ ਲਾ ਕਾਲੀ ਜਾਲ ਨੂੰ। ਸਹੀ ਆ ਬਈ। ਅਤੇ ਪਿੰਡ ਦੇ ਵਿੱਚ ਜਿਹੜਾ ਬਜ਼ੁਰਗੋ ਕੋਈ ਐਸੀ ਯਾਦਗਿਰੀ ਕਿਲ੍ਹੇ ਤੋਂ ਇਲਾਵਾ, ਮਤਲਬ ਤੁਹਾਡੇ ਸ਼ਹਿਰ 'ਚ ਕਿਲ੍ਹੇ ਤੋਂ ਇਲਾਵਾ ਕੋਈ ਐਸੀ ਚੀਜ਼ ਦੱਸੋ ਜਿਹੜੀ ਹਾਲੀ ਤੱਕ ਤੁਹਾਡਾ ਜ਼ਿਹਨ ਹੈ ਕਿ ਉਹ ਮੌਜੂਦ ਹੋਏਗੀ ਉੱਥੇ? ਕਿਲ੍ਹੇ ਤੋਂ ਬਗੈਰ ਕੋਈ ਚੀਜ਼ ਨਹੀਂ ਹੈ। ਅੱਛਾ, ਬਗਾੜ ਹੀ ਸੀ, ਬੜਾ ਸਹੀ ਸ਼ਹਿਰ ਸੀ। ਅਤੇ ਜਿਹੜਾ ਤੁਹਾਡਾ ਡੇਰਾ ਸੀ ਉਹਦਾ ਕੀ ਨਾਂ ਸੀ? ਸਾਡੇ ਦਾ ਲੱਭੜਾ ਡੇਰਾ। ਅੱਛਾ ਅੱਛਾ, ਅਤੇ ਜਿਹੜਾ ਉਹਨਾਂ ਦਾ ਸਿੱਖਾਂ ਦਾ ਡੇਰਾ ਸੀ ਉਹਦਾ ਕੀ ਨਾਂ ਸੀ? ਬਲਵੰਤ ਸਿੰਘ। ਅੱਛਾ, ਬਲਵੰਤ ਸਿੰਘ, ਸਹੀ ਹੈ। ਉਦੋਂ ਸਿੰਘ ਬਲਵੰਤ ਸਿੰਘ, ਧਰਮ ਸਿੰਘ, ਜਿਹੜਾ ਧਰਮ ਸਿੰਘ ਸਾਢੇ 400 ਮਾਂ ਚ ਵੀਰ ਸੀ। ਹਾਂ ਹਾਂ ਹਾਂ, ਧਰਮ ਸਿੰਘ ਜੀ, ਸਹੀ। ਉਹਦੇ 5 ਪੁੱਤਰ ਸੀ, ਜਿਹੜਾ ਨਾ ਵੱਡਾ ਜੀ ਜੀ ਉਹ ਜਨਰਲ ਸੀ। ਹਾਂ ਹਾਂ, ਠੀਕ ਹੋ ਗਿਆ, ਉਹ ਫੌਜ ਜਨਰਲ ਸੀ। ਹਾਂ ਹਾਂ। ਅੱਛਾ ਬਜ਼ੁਰਗੋ ਜੀ, ਤੁਹਾਨੂੰ ਉੱਥੇ ਮਤਲਬ ਕਿਹੜੀ ਜਗ੍ਹਾ ਐਸੀ ਕਿ ਜਿੱਥੇ ਲਾਇਆ ਜਾਏ ਕਿ ਤੁਸੀਂ ਆਪਣੇ ਘਰ ਟੁਰ ਜਾਓ, ਤੁਹਾਨੂੰ ਹਾਲੀ ਮਤਲਬ ਜਾ ਸਕਦੇ ਹੋ ਆਪਣੇ ਘਰ? ਬਿਲਕੁਲ। ਅੱਛਾ, ਅਸੀਂ ਪੈਦਲ ਜਾ ਸਕਦੇ? ਅੱਛਾ, ਉਹ ਦੂਰ ਨਹੀਂ ਉਹ ਸ਼ਹਿਰ? ਅੱਛਾ, ਇੱਥੋਂ ਕਿਸ ਤਰ੍ਹਾਂ ਬੰਦਾ ਜਾ ਸਕਦਾ ਉੱਥੇ? ਅੱਛਾ, ਬਾਰਡਰ ਟੱਪ ਜਾਂਦਾ, ਬਾਰਡਰ ਚੱਲ ਜਾਂਦਾ ਇੱਥੋਂ। ਕਿਹੜੇ ਪਾਸੇ ਵਾਲਾ, ਕਿਹੜੇ ਪਾਸੇ ਵਾਲਾ ਬਾਰਡਰ? ਕੋਈ ਬਾਰਡਰ ਵੀ ਹੋਵੇ ਪਠਾਨਕੋਟ ਦਾ। ਨਹੀਂ, ਇਹ ਇੱਧਰੋਂ ਜਿਹੜਾ ਡਾਲੋ ਵਾਲੀ ਵਾਲੀ ਸਾਈਡ, ਡਾਲੋ ਵਾਲੀ
ਅੱਛਾ ਡਾਲਰ ਸਾਥੋਂ ਕੁਝ ਤਿੰਨ ਕੁ ਵੀਲ ਸੀ ਢਾਈ ਵੀਲ ਅੱਛਾ ਅੱਛਾ ਅਤੇ ਕਿਹੜਾ ਕਿਹੜਾ ਅੱਗੇ ਪਿੰਡ ਆਉਂਦਾ ਜੀ ਡਾਲੋ ਵਾਲੀ ਤੋਂ ਅੱਗੇ ਕਿਸ ਤਰ੍ਹਾਂ ਮਤਲਬ ਜਾ ਸਕਦੇ ਹੋ ਤੁਸੀਂ ਸੜਕ ਜੀ ਪੱਕੀ ਸੜਕ ਜਾਂਦੀ ਸੀ ਅੱਛਾ 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 ਮਤਲਬ ਇਹ ਕਿ ਪਏ ਤਾਂ ਕਿਧਰੇ ਲੱਥੇ ਹੋ ਤੁਸੀਂ ਅਤੇ ਸਿੱਧੇ ਪਏ ਗਏ ਹੋ ਅਤੇ ਕਿਸ ਤਰ੍ਹਾਂ ਉੱਥੇ ਮਸਜਿਦਾਂ ਕਿੰਨੀਆਂ ਸਨ ਬਸਾਂ ਬੜੀਆਂ ਸੀ ਵੱਡੀਆਂ ਅਤੇ ਘਰ ਦੇ ਨੇੜੇ ਵੀ ਹੈ ਸੀ ਤੁਹਾਡੇ ਕੋਈ ਮਸਜਿਦ ਹਾਂ ਸਾਡੇ ਲਾਗੇ ਸੀ ਘਰ ਕੀ ਨਾਂ ਸੀ ਉਹ ਮਸਜਿਦ ਦਾ ਨਾ ਕੋਈ ਨਹੀਂ ਰੱਖਿਆ ਮਸ਼ਹੂਰ ਸੀ ਸਹੀ ਹੈ ਠੀਕ ਹੋ ਸਾਡੀ ਉੱਥੇ ਬਾਦਸ਼ਾਹੀ ਸੀ ਦੇਖੋ ਨਾ ਕਿ ਚਾਰ ਵਜੇ ਤਾਏ ਸੀ ਡੁਸ਼ਨ ਬੰਦ ਬਰਕਤ ਹਾਜ਼ਰ ਅਤੇ ਸਾਡਾ ਬਾਲ ਚਿਰਾਗ ਦੀ